ਅੰਮ੍ਰਿਤਸਰ ਦੇ ਵਿੱਚ ਇੱਕ ਧੋਖਾਧੜੀ ਦਾ ਨਵੇਕਲਾ ਹੀ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚ ਅੰਮ੍ਰਿਤਸਰ ਦੇ ਮਸ਼ਹੂਰ ਮਹਾਰਾਜਾ ਫਾਰਮ ਦੇ ਮੈਨੇਜਰ ਦੇ ਵੱਲੋਂ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਥਾਣਾ ਸਦਰ ਪੁਲਿਸ ਅਧਿਕਾਰੀ, ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਥਾਣਾ ਸਦਰ ਦੇ ਅਧੀਨ ਇਲਾਕੇ ਦੇ ਵਿੱਚ ਮਸ਼ਹੂਰ ਮਹਾਰਾਜਾ ਵਨ ਫਾਰਮ ਦੇ ਵਿੱਚ ਧੋਖਾਧੜੀ ਕੀਤੀ ਜਾਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਚੱਲਦਿਆਂ ਮੈਨੇਜਰ ਦੇ ਵੱਲੋਂ ਫਾਰਮ ਦੇ ਮਾਲਕਾਂ ਨੂੰ ਬਿਨਾਂ ਦੱਸੇ ਹੀ ਫਰਜ਼ੀ ਵਿਆਹ ਬੁੱਕ ਕੀਤੇ ਜਾ ਰਹੇ ਸਨ, ਜਿਸ ਦੀ ਖਬਰ ਮਹਾਰਾਜਾ ਵਨ ਫਾਰਮ ਦੇ ਮਾਲਕਾਂ ਨੂੰ ਲੱਗੀ ਹੈ ਅਤੇ ਉਹਨਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਮੈਨੇਜਰ ਗੁਰਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦਾ ਕਹਿਣਾ ਕਿ ਵਿਅਕਤੀ ਦੇ ਵੱਲੋਂ ਫਾਰਮ ਦੇ ਵਿੱਚ ਫਰਜ਼ੀ ਵਿਆਹ ਬੁੱਕ ਕੀਤੇ ਜਾ ਰਹੇ ਸਨ, ਜਿਸ ਦੇ ਚੱਲਦਿਆਂ ਇਸ ਫਾਰਮ ਦੇ ਮਾਲਕਾਂ ਦੇ ਵੱਲੋਂ ਇਸ ਦੀ ਸ਼ਿਕਾਇਤ ਦਿੱਤੀ ਗਈ ਅਤੇ ਦੱਸਿਆ ਜਾ ਰਿਹਾ ਕਿ ਮਾਲਕਾਂ ਦੇ ਨਾਲ 1 ਲੱਖ ਤੋਂ ਵੱਧ ਦੀ ਠੱਗੀ ਮਾਰੀ ਜਾ ਰਹੀ ਸੀ। ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ। ਇਹ ਜੀ ਦੋਸ਼ੀ ਜਿਹੜਾ ਗੁਰਪ੍ਰੀਤ ਸਿੰਘ ਹੈ, ਸਾਨੂੰ ਬਿਰਸਾ ਸਿੰਘ ਅਤੇ ਰਹਿਣ ਵਾਲਾ ਸੰਧੂ ਕਲੋਨੀ ਆਪਣੇ ਛਿਆਟੇ ਦਾ ਵਾ, ਇਹ ਬਤੌਰ ਮੈਨੇਜਰ ਸੀ ਇੱਥੇ ਮਹਾਰਾਜਾ ਫਾਰਮ ਨੰਬਰ 1 ਦੇ ਵਿੱਚ, ਅਤੇ ਇੱਥੇ ਇਹਨੇ ਬਤੌਰ ਮੈਨੇਜਰ ਹੁੰਦੇ ਹੋਏ ਲੋਕਾਂ ਦੀਆਂ ਵਿਆਹ ਸ਼ਾਦੀਆਂ ਪ੍ਰੋਗਰਾਮਾਂ ਦੇ ਵਿੱਚ ਫਰਜ਼ੀ ਜਿਹੜੀਆਂ ਬੁਕਿੰਗਾਂ ਕਰ ਲਈਆਂ, ਬੁਕਿੰਗਾਂ ਕਰਕੇ ਅਤੇ ਇਹਨੇ ਮਤਲਬ 2 ਲੱਖ ਅਤੇ 10 ਹਜ਼ਾਰ ਦਾ ਕੋਈ ਇਹਨੇ ਘਪਲਾ ਕੀਤਾ। ਇਹਦੇ ਸੰਬੰਧ ਵਿੱਚ ਜਿਹੜਾ ਮਹਾਰਾਜਾ ਵਨ ਦਾ ਆਪਣੇ ਮਾਲਕ ਸੀ ਜਰਨੈਲ ਸਿੰਘ, ਉਹਨੇ ਪਹਿਲਾਂ ਸ਼ਿਕਾਇਤ ਕੀਤੀ ਹੋਈ ਸੀ ਅਤੇ ਸ਼ਿਕਾਇਤ ਦੀ ਪੜਤਾਲ ਹੋਣ ਤੋਂ ਬਾਅਦ ਅਫਸਰਾਂ ਵੱਲੋਂ ਇਹਨੂੰ ਦੋਸ਼ੀ ਪਾਇਆ ਗਿਆ ਵਾ, ਅਤੇ ਹੁਣ ਇਹਦੇ ਖਿਲਾਫ਼ ਮੁਕੱਦਮਾ ਨੰਬਰ 213 ਮਿਤੀ 20/9/2024 ਦਰਜ ਕੀਤਾ ਗਿਆ। ਸਰ, ਜਦੋਂ ਬੁਕਿੰਗ ਕਰਦਾ ਸੀ ਉਹ ਤਾਂ ਮਾਲਕਾਂ ਨੂੰ ਇਸ ਚੀਜ਼ ਦੀ ਭਣਕ ਨਹੀਂ ਪਈ ਜੀ ਜਿਹੜੇ 2 ਨੰਬਰ 'ਚ ਕਰਦਾ? ਨਹੀਂ ਜੀ, ਇਹ ਮਾਲਕ ਜਿਹੜੇ ਆ ਇਹਦੇ ਉਹ ਫੋਰਨ ਕੰਟਰੀ ਅਮੈਰੀਕਾ 'ਚ ਰਹਿ ਰਹੇ ਆ ਅਤੇ ਉੱਥੋਂ ਹੀ ਮਤਲਬ ਚਲਾਉਂਦੇ ਸੀ। ਇਹ ਪਤਾ ਕਰਦਾ ਸੀ ਜਿਹੜੇ ਲੋਕਾਂ ਦੇ ਨੰਬਰ ਨੋਟ ਕਰਦਾ ਸੀ ਨਾ, ਮੋਬਾਈਲ ਨੰਬਰ ਨੋਟ, ਉਹ ਗਲਤ ਨੰਬਰ ਨੋਟ ਕਰ ਲੈਂਦਾ ਸੀ ਵੀ ਜੇ ਕੋਈ ਵੈਰੀਫਾਈ ਕਰਨਾ ਚਾਹੇ ਤਾਂ ਉਹਨਾਂ ਦੇ ਪੱਲੇ ਨਾ ਕੁਛ ਪਵੇ। ਸਰ, ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ ਵੈਸੇ? ਇਹ ਜੀ ਪਿਛਲੇ 4-5 ਸਾਲ ਤੋਂ ਕੰਮ ਕਰ ਰਿਹਾ ਉੱਥੋਂ, ਅਤੇ ਇਹ ਗੱਲ ਦੀ ਸਾਹਮਣੇ ਆਈ ਹੈ ਵੀ ਇਹਨੇ ਲੋਕਾਂ ਨੂੰ ਮਤਲਬ ਠੱਗਿਆ, ਉਹਨਾਂ ਨੂੰ ਵਾਧੂ ਬਣਾਇਆ ਵਾ। ਸਰ, ਇਹਦੇ ਨਾਲ ਕੋਈ ਹੋਰ ਵੀ ਉੱਥੋਂ ਦੇ ਬੰਦੇ ਨਾਲ ਹੈਗੇ ਸੀ ਉਹ ਮਹਾਰਾਜਾ ਦੇ ਜੀ, ਇਕੱਲਾ ਹੀ ਸੀ? ਨਹੀਂ ਨਹੀਂ, ਇਕੱਲਾ ਇਹੋ ਮੈਨੇਜਰ ਹੀ, ਅਤੇ ਇਹੀ ਕਰਦਾ ਰਿਹਾ ਵਾ। ਅਤੇ ਲੋਕਾਂ ਨਾਲ ਸਰ ਜਿਵੇਂ ਜਦੋਂ ਬੁਕਿੰਗ ਕਰਦਾ ਸੀ ਤਾਂ ਜਦੋਂ ਡੇਟ ਆਉਂਦੀ ਸੀ ਤਾਂ ਉਹਨਾਂ ਦੀ ਫਿਰ ਕਿਸ ਤਰ੍ਹਾਂ ਉਹਨਾਂ ਦਾ ਪ੍ਰੋਗਰਾਮ ਕਰਦਾ ਸੀ? ਨਹੀਂ ਜੀ, ਫਿਰ ਉਹ ਤਾਂ ਆਪਣੇ ਸ਼ਰਮਿੰਦਾ ਹੁੰਦੇ ਸੀ ਕਿਉਂਕਿ ਆਪ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਸੱਦਿਆ ਹੁੰਦਾ ਸੀ ਇਹਨਾਂ ਨੇ, ਅਤੇ ਫੰਕਸ਼ਨ 'ਤੇ ਕੋਈ ਬੁੱਕ ਹੁੰਦਾ ਨਹੀਂ ਇੱਥੇ, ਅਤੇ ਇਸ ਕਰਕੇ ਉਹਨਾਂ ਨੂੰ ਆਪਣੇ ਮਤਲਬ ਬੇਸ਼ਰਮ ਹੋਣਾ ਪੈਂਦਾ ਸੀ ਵੀ ਲੋਕਾਂ ਦੇ ਸਾਹਮਣੇ, ਸ਼ਰਮਿੰਦਾ ਹੋਣਾ ਪੈਂਦਾ ਸੀ ਲੋਕਾਂ ਦੇ ਸਾਹਮਣੇ। ਸਰ, ਹੁਣ ਤਾਂ ਕਹਿੰਦੇ ਕਿੰਨੀਆਂ ਕੁ ਲੋਕਾਂ ਨੇ ਠੱਗੀਆਂ ਇਸ ਤਰ੍ਹਾਂ ਦੀਆਂ? ਇਹ ਫਿਲਹਾਲ ਤਾਂ ਸਾਡੇ ਜਿਹੜੇ ਨੋਟਸ ਵਿੱਚ ਆਈਏ ਇਹ 9-10 ਠੱਗੀਆਂ ਨੇ ਕੀਤੀਆਂ, ਹੋਰ ਇਹ ਤੋਂ ਕੋਈ ਪੁੱਛਗਿੱਛ ਵਗੈਰਾ ਕਰਨੀ ਆ ਵੀ ਹੋਰ ਕਿੰਨੀਆਂ ਨੇ ਠੱਗੀਆਂ ਕੀਤੀਆਂ। ਪਰਿਵਾਰ 'ਚੋਂ ਕੀ ਬੈਕਗਰਾਊਂਡ ਸੀ, ਕੋਈ ਨਸ਼ੇ ਦਾ ਵੀ ਆਦੀ ਸੀ ਕਿ ਕੀ ਕੰਮ ਕਰਦਾ? ਨਹੀਂ ਜੀ, ਆਪਣੇ ਸਧਾਰਨ ਪਰਿਵਾਰ ਦਾ ਹੀ ਆ, ਅਤੇ ਖੇਤੀ ਅਮੀਰ ਬੰਦੀ ਇੱਛਾ ਦੇ ਵਿੱਚ ਹੀ ਇਹਦੇ ਜਿਹੜੇ ਕੰਮ ਕੀਤੇ ਆ। ਪੈਸਿਆਂ ਦਾ ਪਤਾ ਲੱਗਾ ਕਿੰਨੇ ਕੁ ਪੈਸੇ ਲੈ ਚੁੱਕਾ ਹੈ ਇਹਨੇ ਜੀ? ਟੋਟਲ 2,10,000 ਦੇ ਕਰੀਬ ਠੱਗੀ ਮਾਰੀ ਸਾਹਮਣੇ ਆਈ ਹੈ। ਠੀਕ ਹੈ, ਰਿਮਾਂਡ ਲੈ ਰਹੇ ਹਾਂ, ਵੇਖੋ ਜੇ ਜੱਜ ਸਾਹਿਬ ਕਿੰਨੇ ਦਿਨ ਦਾ ਦੇ ਰਹੇ ਨੇ।